मुख्यमंत्री भगवंत सिंह मान वालों विधायकों के नाल कीती जा रही बैठक खत्म हो चुकी है। चंडीगढ़ विखे मुख्यमंत्री रिहायश से बैठक हुई। आपो अपने हल्कों के मुद्दे लेके सीएम के नाल विधायकों की मीटिंग हुई है। वो पहुंचे सी, इस तो पहला भी बैठक हो रही सी, रूटीन दे विच हो रही ने विधायकों के नाल बैठक। तो हुण अज की जे गल की जाए तो 6 तो 7 विधायक इत्थे पहुंचे सी बैठक करन दे लई। उन्हां दे नाल गलबात की गई है, उन्हां दीआं समस्यावां सुनिया गई, उन्हां दे हल्के दे विच की कुछ उन्हां नूं दिक्कत आ रही है, कित्थे सुधार की जरूरत है, इन्हां तमाम मसलियां ते उन्हां नाल गलबात की गई। सो मुख्यमंत्री पंजाब भगवंत सिंह मान दे नाल उन्हां दी रिहायश ते पहुंच के कुछ विधायकों ने मुलाकात की, गलबात की। हालांकि बैठक रूटीन दे विच हुंदियां ने। साडे सहयोगी गुरप्रीत साडे नाल जुड़ चुके ने जी, की जानकारी? ਸੰਮਤ ਸਾਡੇ ਨਾਲ ਜੁੜ ਚੁੱਕੇ ਨੇ, ਮਾਫ ਕਰਨਾ ਸੰਮਤ, ਕੀ ਕੋ ਜਾਣਕਾਰੀ? ਅਮਰਤਾ, ਅੱਜ ਮੁੱਖ ਮੰਤਰੀ ਨੇ ਇੱਕ ਬੈਠਕ ਹੈ ਜਿਹੜੀ ਉਹ ਆਪਣੇ ਐਮਐਲਏ ਨੂੰ ਲੈ ਕੇ ਬੁਲਾਈ ਸੀਗੀ। ਹਾਲਾਂਕਿ ਕਿਹਾ ਜਾ ਰਿਹਾ ਕਿ ਲੋਕ ਸਭਾ ਲੁਧਿਆਣੇ ਦੇ ਐਮਐਲਏ ਨੇ ਜਿਹੜੇ ਉਹ ਸਾਰੇ ਬੁਲਾਏ ਗਏ ਸਨ ਤੇ ਇੱਕ ਰਿਵਿਊ ਬੈਠਕ ਕੀਤੀ ਗਈ ਹੈ ਕਿ ਉਹਨਾਂ ਦੇ ਹਲਕੇ ਦੀਆਂ ਦਿੱਕਤਾਂ ਕੀ ਨੇ, ਪਰੇਸ਼ਾਨੀਆਂ ਕੀ ਨੇ। ਤਾਂ ਹਰੇਕ ਐਮਐਲਏ ਨੇ ਆਪਣੇ ਆਪਣੇ ਵੱਖੋ ਵੱਖਰੇ ਹਲਕੇ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਭਗਵੰਤ ਮਾਨ ਦੇ ਅੱਗੇ ਰੱਖੀਆਂ ਨੇ ਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਆਸ਼ਵਾਸਨ ਦਵਾਇਆ ਭਗਵੰਤ ਮਾਨ ਉਹਨਾਂ ਨੇ ਕਿ ਇਹਨਾਂ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਜਿਹੜਾ ਸੁਲਝਾ ਲਿਆ ਜਾਵੇਗਾ ਤੇ ਬਹੁਤ ਜਲਦ ਸਭ ਕੁਝ ਠੀਕ ਹੋ ਜਾਵੇਗਾ। ਤਾਂ ਮਨਵਿੰਦਰ ਸਿੰਘ ਗੈਸਪੁਰਾ ਨੇ ਜਦ ਜੀ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਇਹੀ ਕੋਈ ਚੀਜ਼ ਕਹੀ ਹੈ ਕਿ ਬਹੁਤ ਜਲਦ ਸਭ ਕੁਝ ਠੀਕ ਹੋ ਜਾਵੇਗਾ ਅਤੇ ਅੱਜ ਅਸੀਂ ਆਪਣੀ ਇੱਕ ਰਿਵਿਊ ਬੈਠਕ ਦੇ ਵਿੱਚ ਆਪਣੇ ਆਪਣੇ ਰਿਵਿਊ ਦੇ ਕੇ ਆਏ ਹਾਂ ਆਪਣੇ ਆਪਣੇ ਹਲਕਿਆਂ ਨੂੰ ਲੈ ਕੇ। ਤਾਂ ਇਹ ਮੀਟਿੰਗਾਂ ਦਾ ਦੌਰ ਹੈ ਇਹ ਜਿਹੜਾ ਲਗਾਤਾਰ ਜਾਰੀ ਹੈ, ਕਿਉਂਕਿ ਹਰੇਕ ਦਿਨ ਆਏ ਦਿਨ ਜਿਹੜੇ ਭਗਵੰਤ ਮਾਨ ਨੇ ਉਹ ਮੀਟਿੰਗਾਂ ਕਰ ਰਹੇ ਨੇ ਆਪਣੇ ਐਮਐਲਏ ਨੂੰ ਲੈ ਕੇ ਜੀ। ਅਮਰਤਾ, ਅੱਜ ਕਿਹੜੇ ਕਿਹੜੇ ਵਿਧਾਇਕ ਪਹੁੰਚੇ ਸੀ? ਸੰਮਤ, ਅੰਮ੍ਰਿਤਾ, ਜੇਕਰ ਅੱਜ ਦੀ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਕਰੀਬਨ 10 ਤੋਂ 12 ਜਿਹੜੇ ਐਮਐਲਏ ਨੇ ਉਹ ਲੁਧਿਆਣਾ ਲੋਕ ਸਭਾ ਦੇ ਪਹੁੰਚੇ ਸਨ। ਤਾਂ ਗੱਲ ਕਰ ਲਈਏ ਪਾਇਲ ਹਲਕੇ ਦੇ, ਸਾਹਨੇਵਾਲ ਹਲਕੇ ਤੋਂ ਲੁਧਿਆਣਾ ਈਸਟ ਵੈਸਟ ਦੀ ਗੱਲ ਕੀਤੀ ਜਾਵੇ ਤੇ ਬਾਕੀ ਲੁਧਿਆਣਾ ਲੋਕ ਸਭਾ ਹਲਕਾ ਜਿੰਨਾ ਵੀ ਆ ਤੇ ਉਹਦੇ ਵਿੱਚ ਜਿੰਨੇ ਐਮਐਲਏ ਜਾਂਦੇ ਨੇ ਤਾਂ ਲੋਕ ਸਭਾ ਹਲਕੇ ਦੇ ਜਿੰਨੇ ਐਮਐਲਏ ਨੇ ਉਹਨਾਂ ਨਾਲ ਜਿਹੜੀ ਅੱਜ ਬੈਠਕ ਆ ਉਹ ਹੋਈ ਹੈ। ਬਿਲਕੁਲ, ਉਮੀਦ ਕਰਦੇ ਹਾਂ ਕਿ ਲੁਧਿਆਣਾ ਵਾਸੀਆਂ ਦੀਆਂ ਦਿੱਕਤਾਂ ਲੈ ਕੇ ਪਹੁੰਚੇ ਵਿਧਾਇਕਾਂ ਨੂੰ ਜ਼ਰੂਰ ਕੁਝ ਭਰੋਸਾ ਮਿਲਿਆ ਹੋਏਗਾ। ਬਹੁਤ ਸ਼ੁਕਰੀਆ ਸੰਮਤ ਇਸ ਜਾਣਕਾਰੀ ਦੇ ਲਈ।